स्वागत है किसान वीरों तुहाडा सिदक डेयरी फार्मिंग दे विच। किसान वीरों अज जिहड़ी वीडियो बना रहे हैं पिंड गिल यह फिरोजपुर जिले का पिंड है ते नेड़े मुद्दकी दे रह जांदा है। जिहड़े घर चो वीडियो बना रहे हैं दूजी वीडियो है दोस्तों कट्टियां झोटियां वीर लैके आउंदे आ व्यापार वास्ते विक्री वास्ते लोहार दा काम जिहड़े दोस्तों पुराने पंजाब च वीर करदे सीगे जिन्हां नूं बहुते वीर जिहड़ा गड्डियां वाले कह के भी जानदे आ उन्हां वीरां वल्लों ही इह व्यापार दा काम शुरू कीता गया। वीडियो बरगाड़ी तो भी बनाउणे हुंदे आ उह भी कट्टियां झोटियां लैके आउंदे आ मेहनत करदे आ कह लो हुण इस फील्ड वाले पासे तीन नागा दोस्तों विकाऊ सामने तुसीं बहुत सोहनी झोटी देख रहे हो जिहड़ी नीली रावी नसल दी क्योंकि फिरोजपुर जिला एक इधर होर झोटी ये भी नीली रावी नसल च पैंदी है थोड़ी वाइटनस जरूर टुटमी मार्किंग है एक बूरी कट्टी है। सो आपां डिटेल दोस्तों इन्हां तिन्नां बारे पुछ लैणी है वीडियो नूं एंड तक देखो जिन्हों जिहड़ा नग चंगा लगेगा आके देख के आपकी तसली ना खरीदो। आओ वीडियो की शुरुआत करदे हां ते पहलां बूरी बारे पुछदे हां। ਸਤਿ ਸ੍ਰੀ ਅਕਾਲ ਵੀਰ। ਸਤਿ ਸ੍ਰੀ ਅਕਾਲ ਜੀ। ਨਾਮ ਦੱਸਦੀ ਬਾਈ? ਨਾਮ ਕੁਲਦੀਪ ਹੈ ਜੀ। ਠੀਕ ਹੈ ਕੁਲਦੀਪ, ਕੱਟੀਆਂ ਝੋਟੀਆਂ ਰੂਟੀਨ ਚ ਆਉਂਦੀਆਂ ਰਹਿੰਦੀਆਂ ਫਿਰ? ਹਾਂਜੀ ਹਾਂਜੀ। ਅੱਜ ਆਪਾਂ ਤਿੰਨ ਦਿਖਾਉਣੀਆਂ। ਹਾਂਜੀ, ਹੋਰ ਵੀ ਕੋਈ ਆ ਰਹੀ ਹੈ ਜਾਂ ਇਹੀ ਹੈ? ਹਾਂ, ਇੱਕ ਮੋਹਰਾ ਦੀ ਕੱਟੀ ਆ ਰਹੀ ਹੈ, ਚੰਗੀ ਹੈ, ਬੜੀ ਪੁਲਿਸ ਹੋਣੀ ਹੈ। ਠੀਕ ਹੈ, ਉਹ ਹਜੇ ਅੱਜ ਸ਼ਾਮ ਤੱਕ ਪਹੁੰਚੂ ਤੁਹਾਡੇ ਕੋਲ? ਹਾਂ, 2 ਘੰਟਿਆਂ ਤੇ ਬਸ ਆ ਜਾਣੀ ਹੈ। 2 ਘੰਟਿਆਂ ਤੱਕ ਆ ਜਾਊਗੀ। ਠੀਕ ਹੈ, ਜਿਹੜੀ ਇਹ ਬੂਰੀ ਹੈ ਬਾਈ ਇਹਦੀ ਉਮਰ ਕਿੰਨੀ ਕੁ ਹੈ? ਇਹ ਹੈਗੀ 6-7 ਮਹੀਨੇ ਦੀ। ਠੀਕ ਹੈ, ਰੇਟ ਇਹਦਾ ਕੀ ਰੱਖਿਆ? ਰੇਟ ਦੇ ਦੇਵਾਂਗੇ 13,000 ਦੀ। 13,000 ਦੀ? ਹਾਂਜੀ। ਤੋਰੀਆਂ ਨੂੰ ਮੜਾ ਗਿਆ ਦੋਸਤੋ, 6-7 ਮਹੀਨੇ ਉਮਰ ਆ ਬੂਰੀ ਕੱਟੀ, ਛੋਟੀ ਕੱਟੀ ਜੇ ਕੋਈ ਲੈਣੀ ਚਾਹੁੰਦਾ। ਰੇਟ ਜਿਹੜਾ ਉਹ ਫਿਕਸ ਨਹੀਂ ਗਾ, ਘੱਟ ਜੂਗਾ, ਸੰਭਾਲਣੀ ਤੁਸੀਂ ਆ, ਸੇਵਾ ਦੀ ਲੋੜ ਆ। ਰੰਗ ਰੂਪ ਬੂਰਾ ਜਿਹੜੇ ਵੀਰ ਪਸੰਦ ਕਰਦੇ ਸ਼ੌਕੀਨ ਆ ਜਿਹੜੇ, ਸਿੰਘ ਉਮੀਦ ਆ ਕੁੰਡਾ ਕਰ ਜੂਗੀ, ਬਾਕੀ ਹਜੇ ਛੋਟੀ ਆ ਤਾਂ ਬਾਹਲਾ ਵੱਡਾ ਸਿੰਘ ਹਜੇ ਹੈ ਨਹੀਂ ਗਾ, ਇੰਚ ਕੁ ਦਾ, ਇੰਚ ਡੇਢ ਇੰਚ ਦਾ ਸਿੰਘ ਹਜੇ ਦਿਖਾਉਂਦੀ ਆ ਵਾਲਾਂ ਤੋਂ ਬਾਹਰ। ਸੋ ਤੁਹਾਨੂੰ ਨੇੜਿਓਂ ਵੀ ਦਿਖਾ ਦਿੰਦਾ ਇਸ ਤਰ੍ਹਾਂ ਦਾ ਸਿੰਘ, ਉਮੀਦ ਆ ਇਹ ਕੱਢੂਗੀ। ਬਾਕੀ ਜਿਹੜਾ ਵੀਰ ਪਸੰਦ ਕਰੇ, ਮੂੰਹ ਮੱਥੇ ਦੀ ਸੋਹਣੀ ਆ, ਮੱਥੇ 'ਚ ਬਲ ਹੈਗਾ, ਬਾਕੀ ਜੇ ਛੋਟੀ ਉਮਰ ਦੀ ਕੱਟੀ, ਪੂਛ ਵੀ ਇਹਦੀ ਜਿਹੜੀ ਉਹ ਵਾਈਟ ਹੈਗੀ ਆ ਥੱਲੋਂ, ਥਣ 4 ਦੋਸਤੋ ਵਾਲਾਂ ਦੇ ਵਿੱਚ ਜੀ ਤੁਹਾਨੂੰ ਦੱਸਦੇ ਹੋਣਗੇ ਨਿੱਖੜਵੇਂ ਹੈ। ਸੋ ਇਹ 6 ਮਹੀਨਿਆਂ ਦੀ ਕੱਟੀ ਆ, ਛੋਟੇ ਕੱਦ ਕਾਠ 'ਚ ਹੀ ਆ ਕਿਉਂਕਿ ਬੱਚਾ ਹਜੇ। ਇਹਦੋਂ ਅੱਗੇ ਨੀਲੀ ਰਾਵੀ ਨਸਲ ਦੀਆਂ 2 ਝੋਟੀਆਂ, ਉਹਨਾਂ ਚੋਂ ਆਪਾਂ ਪਹਿਲਾਂ ਦੋਸਤੋ ਇਧਰੋਂ ਜਿਹੜੀ ਸਾਈਡ ਤੇ ਖੜੀ ਉਹਦੇ ਬਾਰੇ ਵੀਰ ਤੋਂ ਪੁੱਛਦੇ ਆ। ਕੁਲਦੀਪ ਭਾਈ, ਇਹ ਜਿਹੜੀ ਕੱਟੀ ਇਹਦੀ ਉਮਰ ਕਿੰਨੀ ਕੁ ਹੈ? ਇਹ ਹੈਗੀ 2 ਸਾਲ ਦੀ ਹੈ, ਖੀਰੀ ਹੈ ਹਲੇ। ਦੰਦੋਂ ਖੀਰੀ ਹੈ? ਹਾਂ, ਖੀਰੀ ਹੈ। ਠੀਕ ਹੈ, ਇਹਦਾ ਰੇਟ ਕੀ ਰੱਖਿਆ? ਇਹਦਾ 28,000। 28,000, ਇਹਨੂੰ ਵੀ ਤੋਰੀ ਮੜਾ ਹੈ ਦੋਸਤੋ। 28,000 ਰੇਟ ਆ, ਸਿੰਘ ਥੋੜਾ ਜਿਹਾ ਖੁੱਲਾ ਰੱਖੂਗੀ, ਮੂੰਹ ਮੱਥੇ ਦੀ ਸੋਹਣੀ ਹੈ, ਅੱਖ ਬਹੁਤ ਸੋਹਣੀ ਹੈ, ਮਾਰਕਿੰਗ ਥੋੜੀ ਜਿਹੀ ਟੁੱਟਵੀ ਹੈ, ਕਿਤੇ ਕਿਤੇ ਵਾਈਟ ਨਿਸ਼ਾਨ ਜੇ ਤੁਹਾਨੂੰ ਜ਼ਿਆਦਾ ਦਿਸਣਗੇ, ਬਾਕੀ ਸਟਰਕਚਰ ਜਿਹੜਾ ਉਹ ਸੋਹਣਾ ਹੈ। ਵਿਸਾਖ ਤੱਕ ਜਾਂਦਿਆਂ ਜਾਂਦਿਆਂ ਸੇਵਾ ਨਾਲ 1-2 ਗੱਟੇ ਫੀਡ ਦੇ ਚਾਰ ਕੇ ਗੱਭਣ ਹੋ ਸਕਦੀ ਹੈ ਗੱਟੀ। ਪਿੱਠਪੁੜੇ ਦੀ ਸੋਹਣੀ ਹੈ, ਬਾਕੀ ਥਣ ਤੁਹਾਨੂੰ ਜ਼ਰੂਰ ਦਿਖਾਊਂਗਾ, ਥੋੜ੍ਹਾ ਪਿੱਛੇ ਨੂੰ ਤੱਕ ਇਹਨੂੰ ਬਸ ਖੜੀ ਰਹਿੰਦੀ। ਥਣ ਜਿਹੜੇ ਆ ਦੋਸਤੋ ਚਾਰੇ ਨਿੱਖੜਵੇਂ ਆ, ਸੋਹਣੇ ਆ, ਦੇਖ ਸਕਦੇ ਹੋ, ਇੱਕ ਪੂਰਾ ਗੁਲਾਬੀ, ਇੱਕ ਅੱਧਾ ਗੁਲਾਬੀ ਅਤੇ ਦੂਜੇ 2 ਕਾਲੇ, ਅੱਖ ਵੀ ਜਿਹੜੀ ਬਹੁਤ ਸੋਹਣੀ ਹੈ। ਸਿੰਘ ਥੋੜ੍ਹਾ ਜਿਹਾ ਜ਼ਰੂਰ ਖੁੱਲ੍ਹਾ ਰੱਖੋ, ਬਾਕੀ ਮੱਝ ਚੰਗੇ ਢਾਂਚੇ ਦੀ ਤਿਆਰ ਹੋਊਗੀ। ਜਿਹੜਾ ਵੀਰ ਖਰੀਦਣੀ ਚਾਹੇ ਤਾਂ ਕਾਲ ਤੁਸੀਂ ਬਾਈ ਨੂੰ ਕਰ ਸਕਦੇ ਹੋ, ਨੰਬਰ ਸਕਰੀਨ 'ਤੇ ਲੱਗਾ। ਦੰਦੋ ਖੀਰੀ ਦੋਸਤੋ ਇਹ ਹਜੇ ਹੈਗੀ ਹੈ, ਬਾਕੀ ਦੰਦ ਤੁਸੀਂ ਆ ਕੇ ਵੀ ਦੇਖ ਲੈਣੇ ਆ, ਇਸ ਟਾਈਮ ਮੈਂ ਵੀ ਜਿਹੜੇ ਦੇਖਿਆ ਤਾਂ ਉਹਦੇ 'ਚ ਇਹ ਦੰਦੋ ਖੀਰੀ ਹੈ। ਸੋ ਇਹ 2 ਕੱਟੀਆਂ, 2 ਇੱਕ ਝੋਟੀ ਅਤੇ ਇੱਕ ਕੱਟੀ ਤੁਹਾਨੂੰ ਦਿਖਾ ਦਿੰਦੇ ਹਾਂ, ਅਤੇ ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ ਇਸ ਲੋਟ ਦੇ ਵਿੱਚੋਂ ਤੁਸੀਂ ਦੇਖੋਗੇ ਸਭ ਤੋਂ ਸੁਨੱਖੀ ਕੱਟੀ, ਇਹਦੇ ਬਾਰੇ ਵੀਰ ਤੋਂ ਪੁੱਛਦੇ ਹਾਂ ਡਿਟੇਲ। ਸੋ ਇਹਦੇ ਥਣ ਵੀ ਦੋਸਤੋ ਤੁਹਾਨੂੰ ਇਸੇ ਤਰ੍ਹਾਂ ਖੜੀ ਦੇ ਕੇ ਦਿਖਾ ਰਿਹਾ, ਸੋਹਣਾ ਖੜੀ ਹੈ, ਝੋਲੀ ਤੁਸੀਂ ਦੇਖੋਗੇ ਸਾਈਡਾਂ ਤੋਂ ਵਾਕਈ ਚੰਗੀ ਹੈ। ਬਾਕੀ ਇਹਦੇ ਬਾਰੇ ਵੀ ਆਪਾਂ ਵੀਰ ਤੋਂ ਜਾਣਕਾਰੀ ਲੈਂਦੇ ਹਾਂ। ਕੁਲਦੀਪ ਇਹਦੀ ਉਮਰ ਕਿੰਨੀ ਹੈ? ਇਹ ਵੀ 2 ਸਾਲ ਦੀ ਹੈ ਜੀ। ਇਹ ਵੀ ਖੀਰੀ? ਹਾਂ, ਖੀਰੀ ਉਮਰ। ਠੀਕ ਹੈ, ਅੱਛਾ ਇਹਦਾ ਰੇਟ ਕੀ ਰੱਖਿਆ? ਇਹਦਾ 37,000 ਰੁਪਈਆ। 37,000? ਹਾਂਜੀ ਦੋਸਤੋ, ਝੋਟੀ ਬਹੁਤ ਸੋਹਣੀ, ਤੁਸੀਂ ਦੇਖੋਗੇ ਪਿਛਲੇ ਪੈਰ ਵੀ ਵਾਈਟ ਹੈ, ਪੂਛ ਚਿੱਟੀ ਹੈ, ਅਗਲਾ ਇੱਕ ਪੈਰ ਤੁਸੀਂ ਦੇਖੋਗੇ ਤੇ ਪਰਲੇ ਪਾਸੇ ਵਾਲੇ ਪੈਰ ਦੇ ਉੱਤੇ ਵੀ ਜਿਹੜੇ ਵਾਈਟ ਨਿਸ਼ਾਨ ਹੈਗੇ ਆ, ਅੱਖ ਮੂੰਹ ਮੱਥਾ ਬਹੁਤ ਸੋਹਣਾ, ਸਿੰਘ ਜਿਹੜਾ ਇਸ ਟਾਈਮ ਸ਼ੇਪ ਦੇਖ ਰਹੇ ਹਾਂ ਤਾਂ ਬਿਲਕੁਲ ਕੁੰਡਾ ਲੱਗਦਾ, ਬਾਕੀ ਤੁਸੀਂ ਇਹਦਾ ਫੇਸ ਕੁਆਲਿਟੀ, ਅੱਖ, ਇਹ ਸਾਰਾ ਕੁਛ ਦੇਖ ਸਕਦੇ ਹੋ। ਧੋਰੀ ਬਈ ਨੂੰ 2 ਸਾਲ ਦੀ ਉਮਰ ਹੈ ਅਤੇ ਦੰਦੋਂ ਖੀਰੀ ਹੈ, ਥਣ ਤੁਹਾਨੂੰ ਸ਼ੁਰੂ 'ਚ ਹੀ ਦਿਖਾਤੇ ਆ, ਤੋਰ ਕੇ ਤੁਹਾਨੂੰ ਦਿਖਾਉਂਦੇ ਹਾਂ, ਚੰਗੀ ਸੰਭੀ ਵੀ ਕੱਟੀ ਹੈ ਦੋਸਤੋ।
बहुत सोहनी संभाल ये हुई भी है। तो थोड़े टाइम तक जी गबन हो भी योग है, बहुत सोहने स्ट्रक्चर जी। अगों करके मुड़ी कुलदीप, हाँ तुम्हें तोर के दिखा रहे बाले आ मोल, सोहनी जचती कट्टी दोस्तों देखोगे तुम। 37,000 मुल बई ने किया, मानतान ये चो जरूर थोड़ा करूगा। स्ट्रक्चर मूँह मत्था तुम हूँ देख सकते हो, तो ये भी झोटी फॉर सेल है। तिना को भी रूटीन च पशु आते हैं, अज जे नग थो दिखाते इन्हों तो बिना भी अज बई दसदा भी दोवे तक एक होर काली झोटी आ रही है, काली कट्टी आ रही है मुरा नसल की। सो तुम कॉन्टैक्ट च रह सकते हो, ओदी भी वीडियो वीर तो बेशक वट्सएप पर मंगा लियो, नंबर वीर का स्क्रीन उत्ते चल रहा, कॉल तुम इस नंबर पर करनी है। सो ये 3 नग दोस्तों विकाऊ है, तिना बारे इनफॉरमेशन सारी देती है, आके देख के आपकी तसली कर सकते हो। धन्यवाद वीडियो देखने लिए।